थाना सदर सांगला के नवाही गांव तितरा वाला में बासर अफराद ने मेहनत कश सरवर रहमानी के घर में दाखिल होकर अहले खाना को तशद्दुद का निशाना बना डाला। खवातीन से बदतमीजी करते हुए अंधाधुंध फायरिंग करके अहले गांव को गालियां देते रहे। पुलिस ने बासर मुलजमान से साजबाज मदई पर मुकदमा दर्ज करके इंसाफ और मेरिट पर सवालिया निशान छोड़ दिया है। अहले गांव ने शदीद एहतजाज करते हुए आला हुकाम से फौरी नोटिस का मुतालबा किया है। ਅਲੀ ਡਿਗਰਾਲੀ ਸੀ ਅਸਾਂ ਕੰਧ ਡੇਗੀ ਉਹਨਾਂ ਸਾਨੂੰ ਬਣਾਉਣ ਨਹੀਂ ਦਿੱਤੀ ਉਹਨਾਂ ਨੇ ਅਸੀਂ ਬਣਾਉਣ ਲੱਗੇ ਹਾਂ ਉਹਨਾਂ ਦਾ ਬੰਦਾ ਆਇਆ ਉਹਨਾਂ ਆਖਿਆ ਜੇ ਨਾ ਬਣਾਇਓ ਮੈਂ ਕਿਹਾ ਯਾਰ ਕੰਧ ਸਾਡੀ ਆਪਣੀ ਅਸੀਂ ਬਣਾਉਣ ਲੱਗੇ ਹਾਂ ਅਸੀਂ ਬਣਾਉਣ ਲੱਗ ਪਏ ਉਹਦਾ ਪੁੱਤਰ ਆ ਗਿਆ ਉਹਨੇ ਡੱਕ ਦਿੱਤਾ ਸਾਨੂੰ ਉਹਨੇ ਕੱਢ ਦਿੱਤਾ ਬਾਹਰ ਉਹਨੇ ਆਪਣੀਆਂ ਬੀਵੀਆਂ ਨੂੰ ਆਖਿਆ ਮੰਜੀਆਂ ਲਿਆਓ ਇੱਥੇ ਸੁੱਟੋ ਉਹ ਮੰਜੀਆਂ ਲੈ ਕੇ ਆ ਗਈਆਂ ਇੱਥੋਂ ਸਾਨੂੰ ਵੇੜੇ ਨਹੀਂ ਵੜਨ ਦਿੰਦੀਆਂ ਸਾਨੂੰ ਧੱਕੇ ਮਾਰਦੀਆਂ ਰੋੜੇ ਮਾਰਦੀਆਂ ਰੋੜਾ ਮੇਰੇ ਪੈਰ 'ਤੇ ਵੱਜਿਆ ਲੱਗ 'ਤੇ ਤੇ ਸਾਨੂੰ ਜਰਾ ਬਾਹਰ ਕੱਢਣ ਦੇ ਅਸੀਂ ਬਾਹਰ ਨਹੀਂ ਨਿਕਲੇ ਅਸੀਂ ਧੱਕੇ ਧੁੱਕੇ ਖਾ ਕੇ ਤੇ ਉੱਥੇ ਬੈਠੇ ਹਾਂ ਮੁੜ ਕੇ ਸਾਨੂੰ ਬਸਣ ਕੰਧ ਉਹਨਾਂ ਨੇ ਥਾਣੇ ਦਾ ਪੁਲਿਸ ਦੀ ਗੱਡੀ ਆਈ ਉਹਨਾਂ ਨੇ ਕੰਧ ਬਣਵਾਈ ਹੈ ਤੇ ਜਨਾਬ ਫਿਰ ਇਹ ਅਸੀਂ ਰਾਤ ਸੌਂਗੇ ਹਾਂ ਰਾਤ ਸੁੱਤੇ ਹਾਂ ਤੇ ਉੱਤੋਂ ਇੱਟਾਂ ਡਿੱਗੀਆਂ ਨੇ ਮੈਂ ਉੱਧਰ ਇੱਥੇ ਆਇਆ ਉਹਨਾਂ ਨੂੰ ਬਰਾਮਦੇ ਦੇ ਉੱਤੇ ਇੱਥੇ ਆ ਕੇ ਤੇ ਮੈਂ ਉਹਨਾਂ ਨੂੰ ਆਖਿਆ ਮੈਂ ਯਾਰ ਭਾਈ ਜਾਣ ਦਿਓ ਉਹਨਾਂ ਧੀਰੀ ਭੈਣ ਦੀ ਜੋ ਹੈ ਮੇਰੀ ਕੀਤੀ ਆ ਇਥੋਂ ਕੰਨਾ ਸੁੱਟ ਕੇ ਮੈਨੂੰ ਉੱਤੇ ਆ ਕੇ ਇੱਥੇ ਫੈਰਿੰਗ ਖੁੱਲੀ ਹੈ ਫੈਰਿੰਗ ਦੀ ਢੇਰ ਹੋਈ ਹੈ ਚੰਗੀ ਫੈਰਿੰਗ ਇੱਥੇ ਜਿਵੇਂ ਪਤਾ ਨਹੀਂ ਚਾਰ ਤਿੰਨ ਚਾਰ ਬੰਦੂਕਾਂ ਚੱਲਦੀਆਂ ਨੇ ਪਈਆਂ 15-20 ਮਿੰਟ ਫੈਰਿੰਗ ਹੋਈ ਇੱਥੇ ਮੁੜ ਕੇ ਮੇਰੇ ਕੋਠੇ ਤੇ ਗਏ ਅਸੀਂ ਛੱਤ ਤੇ ਮੀਆਂ ਬੀਵੀ ਸੁੱਤੇ ਆ ਸਾਨੂੰ ਉੱਥੋਂ ਲਿਆਂਦਾ ਠਾ ਕੇ ਉਹ ਤੱਕੇ ਮਲਕੇ ਮਾਵਾਂ ਪੈਣਾ ਦੀਆਂ ਗਾਲਾਂ ਉਹਨਾਂ ਆਖਿਆ ਸਾਨੂੰ ਆਹ ਤੈਨੂੰ ਮਾਰ ਦੇਣਾ ਸਾਡਾ ਦਿਨ ਚੜ੍ਹਦੇ ਨੂੰ ਮਸਲੇ ਮਕਾਨ ਵੇਲਾ ਕਰ ਦੇ ਮੈਂ ਕਿਹਾ ਜੀ ਅੱਛਾ ਹੋ ਜਾਏਗਾ ਉਹ ਜਨਾਬ ਦਿਨ ਚੜ੍ਹੇ ਆ ਫਿਰ ਸਾਰੇ ਮੁਲਕ ਨੇ ਵੇਖ ਲਿਆ ਜੋ ਹੋਇਆ ਵੀ ਇਹਦੇ ਨਾਲ ਡਾਸਤੀ ਹੋਈ ਗਰੀਬ ਬੰਦਾ